ਹਰ ਪਦ ਚੀਨੈ ਸੋਈ ਉਸਤਤ ਨਿੰਦਾ ਦੋ ਪਰ ਹਰ ਕੋਜੈ ਪਦ ਨਿਰਬਾਨਾ ਜਦ ਤੱਕ ਉਸਤਤ ਕਰਦਾ ਨਿੰਦਿਆ ਕਰਦਾ ਰੱਬ ਨਹੀਂ ਨਾ ਬਣਾ ਇਹ ਅੱਖਾਂ ਮੈਲੀਆਂ ਨੇ ਇਹਨਾਂ ਨਾਲ ਰੱਬ ਨਹੀਂ ਦਿਸਣਾ ਬੋਲੋ ਵਾਹਿਗੁਰੂ ਇਹਨਾਂ ਅੱਖਾਂ ਨਾਲ ਪਰਾਇਆ ਰੂਪ ਦੇਖਿਆ ਇਹਨਾਂ ਅੱਖਾਂ ਨਾਲ ਪਰਾਇਆ ਧਨ ਤੱਕਿਆ ਹੈ ਇਹਨਾਂ ਅੱਖਾਂ ਨਾਲ ਰੱਬ ਕਿਵੇਂ ਮਿਲੇਗਾ ਇਸ ਜੀਵ ਨਾਲ ਨਿੰਦਿਆ ਕੀਤੀ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲੱਗੇ ਆਵੇਂ ਝੂਠੇ ਜਾਵੇਂ ਝੂਠੇ ਝੂਠੇ ਮਰੇ ਭਾਵੇ ਜੇ ਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੁੱਠੇ ਕੌਣ ਹੈ ਸੁੱਚਾ ਝੂਠੇ ਹੀ ਬੈਸ ਖਾਇਆ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀਨੀ ਕਾਰਾ ਸੁੱਚਾ ਕੌਣ ਹੈ ਕੋ ਕਬੀਰ ਤੇਰੀ ਨਰ ਸੁੱਚੇ ਸੁੱਚੀ ਪਰੀ ਵਿਚਾਰਾ ਉਹ ਸੁੱਚੇ ਹੋ ਗਏ ਜਿਹਨਾਂ ਦੇ ਵਿਚਾਰ ਸੁੱਚੇ ਹੋ ਗਏ ਜੇ ਵਿਚਾਰ ਸੁੱਚੇ ਨਹੀਂ ਹੋਏ ਤਾਂ ਕਿੱਥੇ ਸੁੱਚਾ ਹੈ ਨਾ ਸੁੱਚਾ ਸੀ ਰਖਾਣ ਨਾਲ ਸੁੱਚਾ ਨਹੀਂ ਹੋ ਜਾਣਾ ਕਿਸੇ ਨੇ ਬੋਲੋ ਵਾਹਿਗੁਰੂ ਭਗਵਾਨ ਸਿੰਘ ਨਾ ਰਖਾਣ ਨਾਲ ਭਗਵਾਨ ਸਿੰਘ ਨਹੀਂ ਬਣ ਜਾਣਾ ਕਰਮ ਭਗਵਾਨ ਵਾਲੇ ਕਰਨੇ ਪੈਣੇ ਨੇ ਬੋਲੋ ਵਾਹਿਗੁਰੂ ਸੱਜਣ ਨੂੰ ਮਿਲੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਠੱਗੀਆਂ ਮਾਰਦਾ ਸੀ ਬੋਲੋ ਵਾਹਿਗੁਰੂ ਤੇ ਮਹਾਰਾਜ ਨੇ ਜਾ ਕੇ ਕਿਹਾ ਤੇਰਾ ਨਾਂ ਕੀ ਹੈ ਕਹਿੰਦਾ ਜੀ ਸੱਜਣ ਤੇ ਮਹਾਰਾਜ ਨੇ ਕਿਹਾ ਸੱਜਣਾ ਜੇ ਨਾਮ ਸੱਜਣ ਰਖਾਇਆ ਹੀ ਨਾ ਤੇ ਕੰਮ ਵੀ ਸੱਜਣਾ ਵਾਲੇ ਕਰ ਤੇ ਮੈਨੂੰ ਬੜਾ ਚੰਗਾ ਲੱਗਿਆ ਇਹ ਗੱਲ ਸੁਣ ਕੇ ਪਤਾ ਕਿਉਂ ਗੁਰੂ ਨਾਨਕ ਮੈਨੂੰ ਕਹਿੰਦੇ ਸੁਰਜੀਤ ਸਿੰਘ ਜੇ ਨਾਮ ਸਿੱਖ ਰਖਾਇਆ ਹੀ ਤੇ ਕੰਮ ਵੀ ਸਿੱਖਾਂ ਵਾਲੇ ਕਰ ਜੇ ਕੰਮ ਸਿੱਖਾਂ ਵਾਲੇ ਨਹੀਂ ਤੇ ਤੂੰ ਸਿੱਖ ਨਹੀਂ ਹੈਗਾ ਕਹੀ ਜਾ ਆਪਣੇ ਆਪ ਨੂੰ ਸੌ ਜਨਮ ਕਹੀਦਾ ਲੱਖ ਜਨਮ ਕਹੀਦਾ ਸਿੱਖ ਤਾਂ ਉਦੋਂ ਹੀ ਬਣੇਗਾ ਜਦੋਂ ਇਹ ਤੈਨੂੰ ਕਹੇਗਾ ਆਪਣਾ ਆਹ ਗੁਰਮੁਖਾ ਬੋਲੋ ਵਾਹਿਗੁਰੂ 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 ਐਵੇਂ ਨੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਾਜੀ ਕੂੜ ਬੋਲ ਮਲ ਖਾਏ ਬ੍ਰਹਮਣ ਨਹਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਜਾੜੇ ਕਾ ਹਨ ਤੇ ਜੇ ਅੱਜ ਗੁਰੂ ਨਾਨਕ ਸਾਹਿਬ ਬੋਲਣਗੇ ਨਾ ਤੇ ਸਿੱਖ ਨੂੰ ਵੀ ਕਹਿਣਗੇ ਵੀ ਉਜਾੜੇ ਕਰਦਾ ਪਿਆ ਚੌਥਾ ਵੀ ਉਜਾੜੇ ਦਾ ਹੀ ਬਣ ਗਏ ਉਹ ਲਿਆ ਨਹੀਂ ਕਰਦੇ ਕਿਸੇ ਦਾ ਬੋਲੋ ਵਾਹਿਗੁਰੂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਹਿਤ ਨੀ ਪੂਰਨ ਰਹਿਤ ਪਾਠ ਪੜੇ ਪਰ ਲੋਕ ਸੁਣਾਵੇ ਆਪਣਾ ਪਿਆ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਆਗੇ ਰੱਖਿਓ ਸਾਲ ਗ੍ਰਾਮ ਮਨ ਕੀਨੋ ਬੈਦਿਸ਼ ਵਿਸਰਾਮ ਤਿਲ ਚੜਾਏ ਪਾਈ ਪਾਏ ਲੋਕ ਵਿਚਾਰਾ ਅੰਧ ਕੁਮਾਏ ਅੱਗੇ ਕੋਥੀ ਅੱਗੇ ਗੁਟਕਾ ਪਾਠ ਸ਼ੁਰੂ ਕੀਤਾ ਓਂਕਾਰ ਸਤਨਾਮ ਕਰਤਾ ਪੁਰਖ ਤੇ ਪਤਾ ਹੀ ਨਹੀਂ ਲੱਗਾ ਕੇਤੀ ਛੁੱਟੀ ਨਾਲ ਵਿੱਚ ਕੀ ਪੜਿਆ ਪਤਾ ਹੀ ਨਹੀਂ ਬੋਲੋ ਵਾਹਿਗੁਰੂ ਮੇਰੇ ਕੋਲ ਤਾਂ ਹਜ਼ਾਰਾਂ ਆਉਂਦੇ ਨੇ ਕਹਿੰਦੇ ਬਾਬਾ ਜੀ ਪਤਾ ਹੀ ਨਹੀਂ ਲੱਗਦਾ ਭਾਈ ਸਾਹਿਬ ਪਤਾ ਹੀ ਨਹੀਂ ਲੱਗਦਾ ਪਾਠ ਕਰਦਾ ਵਾ ਕਦੋਂ ਕੇਤੀ ਛੁੱਟੀ ਨਾਲ ਹੋ ਜਾਂਦੀ ਹੈ ਜਿੱਥੇ ਵਿਚਾਰ ਨੇ ਤੁਸੀਂ ਉੱਥੇ ਹੀ ਹੋ ਜੇ ਵਿਚਾਰ ਗੰਦੇ ਨੇ ਤੇ ਬੰਦਾ ਗੰਦਾ ਹੀ ਹੈ ਜੇ ਵਿਚਾਰ ਸੁੱਚੇ ਨਹੀਂ ਤੇ ਸੁੱਚਾ ਕਿਵੇਂ ਹੋ ਜਾਏਗਾ ਬੋਲੋ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾਮ ਹੈ ਜਿਹੜੇ ਤੇਰੇ ਅੰਦਰ ਵਿਚਾਰ ਚੱਲਦੇ ਪਏ ਨਾ ਦੇਖ ਕੀ ਚੱਲਦੇ ਨੇ ਪਏ ਵਿਚਾਰਾਂ ਚ ਤੇਰੇ ਰੱਬ ਹੈਗਾ ਨਾ ਮੈਂ ਤੁਹਾਨੂੰ ਦੱਸ ਦਿੰਦਾ ਬੋਲੋ ਵਾਹਿਗੁਰੂ ਤੁਸੀਂ ਸਾਰੇ ਕਹਿੰਦੇ ਹੋ ਰੱਬ ਸਭ ਜਗ੍ਹਾ ਹੈ ਕਹਿੰਦੇ ਹੋ ਨਾ ਹਾਂਜੀ ਬੋਲ ਕੇ ਦੱਸੋ ਮੈਂ ਕਹਿੰਦਾ ਇੱਕ ਜਗ੍ਹਾ ਰੱਬ ਹੈ ਪੁੱਛੋ ਤੂੰ ਹੀ ਮੈਨੂੰ ਇਹ ਦੱਸ ਨਾ ਕਿੱਥੇ ਹੈ ਨਹੀਂ ਫਿਰ ਅਸੀਂ ਸਾਰੇ ਹੀ ਕਹਿੰਦੇ ਹਾਂ ਸਭ ਜਗ੍ਹਾ ਰੱਬ ਦੇ ਬੋਲੋ ਵਾਹਿਗੁਰੂ ਵਾਹਿਗੁਰੂ ਰੱਬ ਪਤਾ ਕਿੱਥੇ ਹੈ ਨਹੀਂ ਸਾਡੀ ਯਾਦ ਚ ਨਹੀਂ ਜਿਹਦੀ ਯਾਦ ਚ ਰੱਬ ਹੈ ਨਹੀਂ ਨਾ ਉਹਦੇ ਲਈ ਕਿਧਰੇ ਵੀ ਰੱਬ ਹੈ
ਜਿਹਦੀ ਯਾਦ ਚ ਰੱਬ ਹੈ ਨਾ ਉਹਦੇ ਲਈ ਸਭ ਜਗ੍ਹਾ ਰੱਬ ਹੈ। ਬੋਲੋ ਵਾਹਿਗੁਰੂ। ਖਾਣਾ ਪੀਣਾ ਹੱਸਣਾ ਬਾਅਦ ਜਦ ਲੱਗ ਹਿਰਦੇ ਨਾ ਆਵੇ ਯਾਦ, ਜੇ ਯਾਦ ਹੀ ਨਹੀਂ ਆਇਆ ਨਾ ਤੇ ਤੇਰਾ ਖਾਣਾ ਪੀਣਾ ਹੱਸਣਾ ਕਿਸੇ ਕੰਮ ਦਾ ਨਹੀਂ। ਬੋਲੋ ਵਾਹਿਗੁਰੂ। ਸੁਣ ਲਓ, ਚੀਤ ਆਵੇ ਤਾਂ ਮਹਾਂ ਆਨੰਦ। ਬੋਲੋ ਮੱਥਾ ਟੇਕਿਆ ਨਹੀਂ ਆਇਆ ਆਨੰਦ, ਪਰ ਜਦੋਂ ਚੇਤੇ ਚ ਆਇਆ ਨਾ ਉਸੇ ਵੇਲੇ ਹੀ ਆਨੰਦ ਆਇਆ। ਚੀਤ ਆਵੇ ਤਾਂ ਸਭ ਦੁੱਖ ਭੰਜ, ਜਦੋਂ ਹੀ ਅੰਦਰ ਚੇਤਾ ਆਇਆ ਸਾਰੇ ਦੁੱਖੜੇ ਦੂਰ ਤੋਂ ਭੱਜ ਗਏ। ਜਿੱਥੇ ਰੱਬ ਆ ਉੱਥੇ ਦੁੱਖ ਕਿੱਥੇ ਰਹੇਗਾ? ਦੁੱਖ ਤਾਂ ਉਦੋਂ ਤੱਕ ਹੀ ਹੈ ਜਦ ਤੱਕ ਰੱਬ ਨਹੀਂ। ਅਜੇ ਤਾਂ ਰੱਬ ਉੱਥੇ ਬੈਠਾ ਨਾ, ਅਜੇ ਤਾਂ ਪ੍ਰਕਾਸ਼ ਉੱਥੇ ਹੈ ਨਾ, ਇਹ ਪ੍ਰਕਾਸ਼ ਇੱਥੇ ਹੋਣਾ ਹੈ। ਜਿੰਨੇ ਜਿਹੜੇ ਪ੍ਰਕਾਸ਼ ਇੱਥੇ ਨਾ ਹੋਇਆ ਮੁਕਤੀ ਨਹੀਂ ਮਿਲਣੀ, ਐਵੇਂ ਨਾ ਭੁਲੇਖੇ ਚ ਪਏ ਰਹੋ। ਵਾਹਿਗੁਰੂ।